बुकी चलाने वालों के ऊपर रंगदारी लेने का मामला आया सामने, चली गोलियां। अमृतसर में अपराधों का सिलसिला बढ़ता ही जा रहा है। ताजा मामले के अनुसार जिसमें अपराधियों ने सरे बाजार एक अपहरण की वारदात को अंजाम दे दिया, लेकिन सतर्कता के चलते इस अपहरण की वारदात को पीड़ितों ने नाकाम कर दिया है। आज जब वे एक दरगाह पर चादर चढ़ाने के लिए गए तब उनके ऊपर गोलियां चला दी गईं और उनके अपहरण का प्रयास किया गया। इसी बीच जब उन्होंने अपने बचाव के लिए आवाजें लगाई तो आरोपी फरार हो गए। पीड़ितों का कहना है कि उन्होंने करम सिंह कर्मा के खिलाफ कई बार पुलिस में शिकायत दी है, लेकिन कोई भी कार्रवाई नहीं हुई, जिसके कारण वे फिरौती देने पर मजबूर है, जिसके कारण उन पर आज हमला किया गया। वहीं इस मामले में पीड़ितों का कहना है कि ये सारे आरोपी गैंगस्टर हैं और वे फिरौती लेने का ही काम करते हैं। पुलिस का कहना है कि ये एक लेन देन का मामला है और इस मामले में कार्रवाई की जा रही है। अमृतसर से सनी सहोता की खास रिपोर्ट। एक विकास खोसला नाँ का मुंडा जिहड़ा जिन्हें अज उन्हें इनफॉर्मेशन दी है भी एक मेट्रो सिटी रामतीर्थ रोड के उत्ते पैंदी है, उत्थे अज अपने कुछ साथियों के नाल उत्थे दरगाह बनी है। उत्थे हर वीरवार की तरह के उत्थे गया सीगा एक करमजीत सिंह ते उहदे नाल कुछ अणपछाते बंदे सीगे, उसने आके इहनूं उत्थे पुछणा चाहिया, इहनां नाल गाली गलोच किया ਅਤੇ ਇਹਦੇ ਦੱਸਣ ਮੁਤਾਬਕ ਉੱਥੇ ਜਿਹੜੇ ਉਹਨਾਂ ਦੇ ਉੱਤੇ ਹਵਾਈ ਫਾਇਰ ਵੀ ਕੀਤੇ ਨੇ। ਇਹਨਾਂ ਦੀ ਜਿਹੜੀ ਸਟੇਟਮੈਂਟ ਲੈ ਕੇ ਜਿਹੜੀ ਮੁੱਢਲੀ ਕਾਰਵਾਈ ਆਰੰਭ ਦਿੱਤੀ ਹੈ, ਬਾਕੀ ਤਫਤੀਸ਼ ਦੇ ਵਿੱਚ ਜੋ ਵੀ ਕਾਰਵਾਈ ਆਏਗੀ ਉਸ ਦੇ ਹਿਸਾਬ ਨਾਲ ਅਗਲੀ ਜਿਹੜੀ ਕਾਰਵਾਈ ਅਮਲ 'ਚ ਲਿਆਂਦੀ ਜਾਏਗੀ। ਇਹ ਕੀ ਕਰਦੇ ਨੇ ਅਤੇ ਉਹ ਕੌਣ ਗੈਂਗਸਟਰ ਨੇ ਜੀ ਉਹ ਬੰਦੇ? ਨਹੀਂ ਕੋਈ ਅਜੇ ਗੈਂਗਸਟਰ ਵਾਲੀ ਗੱਲ ਤਾਂ ਨਹੀਂ, ਅਜੇ ਤੱਕ ਇਹਦਾ ਇਹੀ ਆ ਵੀ ਸਾਡਾ ਕੋਈ ਪੈਸੇ ਤਾਂ ਆਪਸ 'ਚ ਲੈਣ ਦੇਣਾ ਸੀਗਾ, ਜਿਸ ਦੇ ਤਹਿਤ ਉਹ ਮੇਰਾ ਪਿੱਛਾ ਕਰਦੇ ਇੱਥੇ ਆਇਆ ਸੀਗਾ। ਬਾਕੀ ਇਹਦੀ ਸਟੇਟਮੈਂਟ ਲਿਖ ਰਹੇ ਹਾਂ, ਅਜੇ ਮੁੱਢਲੀ ਤਫਤੀਸ਼ ਹੈ, ਜੋ ਤਫਤੀਸ਼ ਦੇ ਬਾਅਦ ਜਿਹੜੀ ਵੀ ਗੱਲ ਸਾਹਮਣੇ ਆਏਗੀ ਉਸ ਮੁਤਾਬਕ ਕਰ ਰਹੇ ਹਾਂ। ਉਹ ਕਹਿੰਦੇ ਵੀ ਅਸੀਂ ਬੁੱਕੀ ਹੈਗੇ ਹਾਂ, ਉਹ ਮੰਨਦੇ ਵੀ ਅਸੀਂ ਬੁੱਕੀ ਹਾਂ, ਪਰ ਉਹ ਕਹਿੰਦੇ ਫਰੋਤੀ ਮੰਗਣ ਆਏ ਸੀ ਸਾਡੇ ਕੋਲ। ਇਹੋ ਜਿਹੀ ਕੋਈ ਗੱਲ ਅਜੇ ਤੱਕ ਸਾਹਮਣੇ ਕੋਈ ਨਹੀਂ ਆਈ, ਬਾਕੀ ਇਹਦੀ ਸਟੇਟਮੈਂਟ ਲਿਖ ਰਹੇ ਹਾਂ। ਇਟ ਵਿਲ ਬੀ ਪ੍ਰੋਪਰਲੀ ਇਨਵੈਸਟੀਗੇਟਡ, ਜੇ ਇਹੋ ਜਿਹੀ ਗੱਲ ਕੋਈ ਸਾਹਮਣੇ ਆਉਂਦੀ ਆ ਤਾਂ ਦੈਨ ਇਟ ਵਿਲ ਆਲ ਦਾ ਥਿੰਗ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਉਹ ਫਾਈਲ ਦੇ ਉੱਤੇ ਲਿਆਉਂਦੀਆਂ ਜਾਣਗੀਆਂ। ਠੀਕ, ਥੈਂਕ ਯੂ। ਹਾਂਜੀ ਸਰ, ਤੁਹਾਡਾ ਨਾਮ? ਚਿਰਾਗ ਸੁਦੇਸ਼। ਅਸੀਂ ਚਿਰਾਗ ਜਗਾਨ ਆਏ ਸੀ ਇੱਥੇ ਮੈਟਰੋ ਸਿਟੀ ਦੇ ਅੰਦਰ, ਉਨੀ ਦਿਨ ਨੂੰ ਚਾਰ ਪੰਜ ਬੰਦੇ ਕਰਮੇ ਰਹੀ ਆਏ ਨੇ, ਗੇਟ ਖੋਲਿਆ ਨੇ, ਮੇਰੇ ਪਿਸਤੌਲਾਂ ਲਾਤੀਆਂ, ਕਹਿੰਦੇ ਡਾਕਟਰ ਕਿੱਥੇ? ਮੈਂ ਹੱਥੋਂ ਭਾਅ ਜੀ ਮੇਰੇ ਨਾਲ ਆਈ, ਮੈਂ ਅੱਗੇ ਭੱਜਣ ਲੱਗਾ, ਉਹਨੇ 2 ਗੋਲੀਆਂ ਮਾਰੀਆਂ ਮੇਰੇ ਪੈਰ 'ਤੇ। ਅਤੇ ਕੌਣ ਨੇ ਬੰਦੇ ਉਹ? ਕਰਮਾ ਹੈ ਸਾਰਾ ਵੇ ਮੁੰਡਾ, ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ, ਬਾਕੀਆਂ ਨੇ ਪਛਾਤੇ ਸੀਗੇ। ਉਹ ਤੁਹਾਡੇ ਕੋਲ ਕਿਉਂ ਮਾਰਦੇ ਪਏ ਤੁਹਾਨੂੰ? ਪੈਸੇ ਮੰਗਦੇ, ਫਰੋਤੀ ਮੰਗਦੇ ਪਏ। ਕਾਹਦੀ ਫਰੋਤੀ? 20 ਲੱਖ ਰੁਪਈਆ, ਇਹ ਵਿਕਾਸ ਨਾਲ ਮੰਗਦੇ। ਮੈਂ ਇਹਨਾਂ ਦੇ ਨਾਲ ਹਾਂ, ਪਹਿਲੇ ਮੈਚਾਂ ਦਾ ਕੰਮ ਕਰਦੇ ਸੀ, ਹੁਣ ਆਰ ਡੀ ਐਕਸ ਭਾਈ ਵਾਲੀ ਆ। ਅਤੇ ਹੁਣ ਕੀ ਕਹਿੰਦੇ, ਨਹੀਂ ਦਿਓਗੇ ਤਾਂ ਕੀ ਕਰਾਂਗੇ? ਮਾਰ ਦਿਆਂਗੇ। ਉਹ ਬੰਦੇ ਕੌਣ ਨੇ? ਉਹ ਗੈਂਗਸਟਰ ਹੀ ਹੈਗਾ ਕਰਮਾ। ਨਹੀਂ ਨਹੀਂ, ਬੁੱਕੀ ਦਾ ਕੰਮ ਕੌਣ ਕੌਣ ਕਰਦਾ ਸੀ? ਪਹਿਲੇ ਕਰਦੇ ਹਾਂ ਮੈਂ, ਵਿਕਾਸ, ਵਨੀਤ ਅਤੇ ਵਿਜੇ। ਅਤੇ ਪਹਿਲੇ ਕਿੰਨੇ ਫਰੋਤੀ ਦੇ ਚੁੱਕੇ ਤੁਸੀਂ? ਪਹਿਲੇ ਮੈਂ 5,00,000 ਰੁਪਏ ਭਰ ਚੁੱਕਾ, ਆਪ ਵਿਜੇ ਭਰ ਚੁੱਕਾ ਪੈਸੇ, ਅਤੇ ਵਿਕਾਸ ਵਾਲੀ ਕਮੇਟੀ ਚੁੱਕ ਕੇ ਦੇ ਚੁੱਕੇ 15,00,000। ਅਤੇ ਹੁਣ ਕੀ ਕਹਿਣਾ ਚਾਹੁੰਦੇ ਹੋ, ਪੁਲਿਸ ਕੋਲੋਂ ਕੀ ਮੰਗ ਕਰਦੇ? ਮਦਦ ਮੰਗਦੇ ਸਾਡੀ ਜਗ੍ਹਾ।